ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਤੇ ਵੱਲ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਵਿਦੇਸ਼ ਦੇ ਵਿੱਚ ਲੋਕੇ 28 ਬੌਂਟਡਾ ਗੈਂਗਸਟਰਾਂ ਦੀ ਸੂਚੀ 골ਡੀ ਬਰਾਡ ਟੌਪ ਤੇ ਨਿਆ ਦੋਸਤੋ ਗ੍ਰਹਿ ਮੰਤਰਾਲੇ ਨੇ ਖਤਰਨਾਕ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਕਿ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਹਨ ਮੀਡੀਆ ਦੀ ਇੱਕ ਰਿਪੋਰਟ ਦੇ ਵਿੱਚ ਮੰਤਰਾਲੇ ਦੇ ਦਸਤਾਵੇਜ਼ਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਸੂਚੀ ਦੇ ਵਿੱਚ 28 ਬੌਂਟਡ ਗੈਂਗਸਟਰ ਹਨ ਜਿਨ੍ਹਾਂ ਤੇ ਕਤਲ ਜਬਰਨ ਵਸੂਲੀ ਦੇ ਮਾਮਲੇ ਦਰਜ ਹਨ ਤੇ ਗ੍ਰਹਿ ਮੰਤਰਾਲੇ ਦੀ ਸੂਚੀ ਦੇ ਅਨੁਸਾਰ ਗੈਂਗਸਟਰਾਂ ਦੇ ਵਿੱਚ ਸਤਿੰਦਰਜੀਤ ਸਿੰਘ ਔਰਫਾ 골ਡੀ ਬਰਾਡ ਟੌਪ ਤੇ ਬਰਾਡ ਦਾ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਹੋਣ ਦਾ ਸ਼ੱਕ ਹੈ ਪੰਜਾਬ ਸਰਕਾਰ ਦਾ ਨਵਾਂ ਉਪਰਾਲਾ ਸਵੇਰੇ ਇਨ੍ਹਾਂ 4 ਸ਼ਰਨਾਂ ਵਿੱਚ ਜਲਦ ਸ਼ੁਰੂ ਹੋਵੇਗੀ ਸੀਐਮ ਦੀ ਯੋਗਸ਼ਾਲਾ ਜਿहां ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਸਵੇਰੇ ਦੀ ਪਰੰਪਰਾ ਅਤੇ ਬਰਾਸਤ ਤੇ ਪੰਜਾਬੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਅਹਿਮ ਫੈਸਲਾ ਲਿਆ ਗਿਆ ਹੈ ਦੱਸਦੀ ਹੈ ਕਿ ਜਲਦ ਹੀ ਸਵੇਰੇ 4 ਸ਼ਰਨਾਂ ਵਿੱਚ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਜਾਵੇਗੀ ਜਿਹਦੇ ਤਹਿਤ ਯੋਗ ਦੇ ਮੁਫਤ ਸਖਲਾਈ ਦਲੇ ਸਿੱਖਿਆ ਕਾ ਭੇਜੇ ਜਾਣਗੇ ਤੇ ਹੱਦ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਰਾਹੀਂ ਸੰਬੋਧਨ ਕਰਦਿਆਂ ਦਿੱਤੀ ਹੈ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਯੋਗ ਸਾਡੇ ਦੇਹ ਦੇ ਪਰੰਪਰਾ ਅਤੇ ਵਿਰਾਸਤ ਦਾ ਹਿੱਸਾ ਹੈ ਜਿਸ ਨੂੰ ਅਸੀਂ ਦਿਨ ਬਦਨ ਪਲਦੇ ਜਾ ਰਹੇ ਹਾਂ ਤੇ ਮੈਂ ਵੀ ਸਵੇਰੇ ਯੋਗਾ ਕਰਦਾ ਹਾਂ ਤੇ ਇਸ ਦੇ ਕਈ ਲਾਭ ਹਨ ਪਰ ਅੱਜ ਕੱਲ ਸਾਡੀ ਵਿਅਸਤਾ ਜਨਗਰੇ ਬੱਚਾ ਯੋਗਾ ਗਾਇਬ ਹੋ ਚੁੱਕਿਆ ਹੈ ਤੇ ਪੰਜਾਬ ਸਰਕਾਰ ਧਿਆਨ ਲਗਾਉਂਦੇ ਪਰੰਪਰਾ ਅਤੇ ਯੋਗਾ ਨੂੰ ਮੁੜ ਤੋਂ ਲੋਕਾਂ 'ਚ ਲਹਿਰ ਬਣਾਉਣਾ ਚਾਹੁੰਦੇ ਹੈ। ਮੁੱਖ ਮੰਤਰੀ ਮਾਨ ਨੇ ਆਖਿਆ ਹੈ ਕਿ ਯੋਗ ਨੂੰ ਮੁੜ ਤੋਂ ਇੱਕ ਲਹਿਰ ਬਣਾਉਣ ਦੇ ਲਈ ਸੁਭਾ ਸਰਕਾਰ ਸੀਐਮ ਦੀ ਯੋਗ ਸ਼ਾਲਾ ਸ਼ੁਰੂ ਕਰੀ ਹੈ ਅਤੇ ਹਦੇ ਤਹਿਤ ਪੰਜਾਬ ਦੇ ਚਾਰ ਸ਼ਹਿਰਾਂ ਵਿੱਚ ਅਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਜੇਕਰ ਕੋਈ ਵੀ ਮੁਹੱਲਾ ਦਾ ਪਾਰਕ ਜਾਂ ਕੋਈ ਵੀ ਸਾਂਝੇ ਥਾਂ ਤੇ ਯੋਗਾ ਕਰਨਾ ਜਾਂ ਸਿੱਖਣਾ ਚਾਹੁੰਦਾ ਹੈ ਉੱਥੇ ਸਰਕਾਰ ਦੇ ਵੱਲੋਂ ਮੁਫਤ ਯੋਗਾ ਸਿੱਖਿਆ ਕਾਪੇ ਜੇ ਜਾਣਗੇ ਜੋ ਕਿ ਲੋਕਾਂ ਨੂੰ ਯੋਗਾ ਤੇ ਧਿਆਨ ਲਗਾਉਣਾ ਸਿੱਖਣਗੇ ਜੋ ਕਿ ਇਸ ਦੇ ਰਾਹੀਂ ਅਸੀਂ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਇਸ ਦੇ ਲਈ ਜਲਦ ਹੀ ਚਾਰ ਸ਼ਰਾਂ ਦੇ ਹਰ ਮਹੱਲਦ ਵਿੱਚ ਯੋਗਾ ਦੇ ਟ੍ਰੇਨਿੰਗ ਮਿਲੇਗੀ ਤੇ ਹਰ ਮਹੱਲਦ ਵਿੱਚ ਸੀਐਮ ਦੀ ਯੋਗਾ ਸ਼ਾਲਾ ਹੋਵੇਗੀ ਅਗਲੀ ਖਬਰ ਤੇ ਬਲ ਵਧਨ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇਲ ਬਟਨ ਨੂੰ ਦਬਕ ਕੇ ਹਾਲਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਮਰਤਾ ਪਾਲ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋ ਸਕਦੇ ਹੈ ਸੀਬੀਆਈ ਜਾਂਚ ਜੀ ਹਾਂ ਦੋਸਤੋ ਖਾਲਿਸਤਾਨ ਸਮਰਥਕਾਂ ਤੇ ਕੀਤੀ ਜਾ ਰਹੀ ਕਾਰਵਾਈ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਕੱਟੜ ਪੰਥੀ ਪ੍ਰਚਾਰਕ ਅਮਰਤਾ ਪਾਲ ਸਿੰਘ ਦੇ ਹਥਿਆਰਬੰਦ ਗਾਰਡਾਂ ਨੂੰ ਦਿੱਤੇ ਗਏ ਹਥਿਆਰਾਂ ਦੇ ਲਾਇਸੈਂਸ ਅਰਜ਼ਾ ਕਰਨ ਦੇ ਵਿੱਚ ਹੋਈ ਦੇਰੀ ਤੇ ਸਵਾਲ ਉਠਾਏ ਜਾ ਰਹੇ ਹਨ ਅਦਕਾਰਨਾਂ ਇਹ ਜਾਣਕਾਰੀ ਦਿੱਤੀ ਆ ਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਗੌੜੇ ਅਮਰਤਾ ਪਾਲ ਦੇ ਦੋ ਨਿੱਜੀ ਸੁਰੱਖਿਆ ਗਾਰਡਨ ਦੇ ਕੋਲ ਆਪਣੇ ਮੌਜੂਦਾ ਹਥਿਆਰਾਂ ਦੇ ਲਾਇਸੈਂਸ ਗਵਾਂਡੀ ਕੇਂਦਰ ਸਾਸਤ ਪਰਦੇਸ਼ ਦੇ ਜ਼ਿਲ੍ਹਿਆਂ ਤੋਂ ਜਾਂ ਤਾਂ ਰੀਨਿਊ ਸਨ ਜਾਂ ਨਵੇਂ ਸਿਰ ਤੋਂ ਜਾਰੀ ਕੀਤੇ ਗਏ ਸਨ ਦੋਵੇਂ ਨਿੱਜੀ ਸੁਰੱਖਿਆ ਗਾਰਡ ਫੌਜ ਤੋਂ ਸਿਵਾਮਕਤ ਹੋ ਚੁੱਕੇ ਹਨ ਬਰਿੰਦਰ ਸਿੰਘ 19ਵੇਂ ਸੈਕ ਰੈਜੀਮੈਂਟ ਦੇ ਨਾਲ ਅਤੇ ਤਲਵਿੰਦਰ ਸਿੰਘ 23ਵੇਂ ਆਰਮਡ ਪੰਜਾਬ ਰੈਜੀਮੈਂਟ ਦੇ ਨਾਲ ਜੁੜਿਆ ਹੋਇਆ ਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਪੰਜਾਬ ਦੇ ਵਿਧੇਕ ਡਾਇਰੈਕਟਰ ਜਨਰਲ ਆਫ ਪੁਲਿਸ ਦੇ 12 ਜਨਵਰੀ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਣ ਦੇ ਬਾਵਜੂਦ ਲਾਇਸੈਂਸ ਰੱਦ ਨਹੀਂ ਕੀਤੇ ਗਏ ਸਨ ਤੇ ਇਹ ਪੱਤਰ ਅਮਰਤ ਪਾਲ ਸਿੰਘ ਦੇ ਸਮਰਥਕਾਂ ਦੇ ਨਾਲ ਜੁੜੇ ਇੱਕ ਵਿਵਾਦ ਤੋਂ ਲਗਭਗ 6 ਹਫ਼ਤੇ ਪਹਿਲਾਂ ਲਿਖੇ ਗਏ ਸਨ ਜਿੱਥੇ ਦੁਮਾਨ ਨੇ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਤੇ ਅਮਰਤ ਸਾਰੇ ਜ਼ਿਲ੍ਹੇ ਦੇ ਵਿੱਚ ਕੋਟਾ ਧਰਮਚੰਦ ਕਲਾਂ ਦੇ ਤਲਵਿੰਦਰ ਸੰਘਾ ਅਤੇ ਆਸਾਮ ਦੇ ਜ਼ਿਲ੍ਹੇ ਦੇ ਵਿੱਚ ਆ ਬੰਦ ਬਰਿੰਦਰ ਸਿੰਘ ਔਰ ਫੌਜੀ ਦੋਵਾਂ ਤੇ ਹਥਿਆਰਾਂ ਦੇ ਲਾਇਸੈਂਸ ਕਰਮਬਾਰ ਆਰਾਮਣ ਅਤੇ ਕਿਸ਼ਤ ਬਾੜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਗੈਰਕਾਨੂੰਨੀ ਕਰਾਰ ਦਿੱਤੇ ਗਏ ਐਸ 9 ਮਾਰਚ ਨੂੰ ਰੱਦ ਕਰਨ ਸਬੰਧੀ ਨਿਰਦੇਸ਼ ਦੇ ਮੁਤਾਬਕ ਬਰਿੰਦਰ ਸਿੰਘ ਦਾ ਲਾਇਸੈਂਸ 24 ਜੁਲਾਈ 2017 ਤੋਂ ਅਰੇ ਨੂ ਨਹੀਂ ਹੋਇਆ ਸੀ ਜੰਮੂ ਕਸ਼ਮੀਰਾ ਤੋਂ ਸਮੇਂ ਸਮੇਤੇ ਫਾਰਜੀ ਬੰਦੂਕ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਦੇ ਵਿੱਚ ਸਾਹਮਣੇ ਹੁਣ ਆ ਚੁੱਕੇ ਹਨ ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਬੀਆਈ ਦੇ ਇੱਕ ਬੁਲਾਰੇ ਦੇ ਅਨੁਸਾਰ ਆਰਸੀ ਜੋਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਸ਼ਾਨਵੀਣਾ ਤੇ ਦਸਤਾਵੇਜ਼ਾਂ ਦੀ ਜਾਂਚ ਦੇ ਦੌਰਾਨ ਇੱਕ ਕੁੱਝ ਬੰਦੂਕ ਆ ਡੀਲਰਾਂ ਦੀ ਭੂਮਿਕਾ ਵੀ ਪਾਈ ਗਈ ਹੈ ਤੇ ਜਿਨ੍ਹਾਂ ਨੇ ਸੁਬੰਧਤਾ ਜਿਲ੍ਹਿਆਂ ਦੇ ਲੋਕ ਸੇਬਕਾ ਤਤਕਾਲੀਨਾ ਡੀਐਮ ਅਤੇ ਏਡੀਐਮ ਦੀ ਮਿਲਿ ਭਗਤਾ ਦੇ ਨਾਲ ਅਯੋਗ ਆ ਵਿਅਕਤੀਆਂ ਨੂੰ ਕਾਥਾ ਤੌਰ ਤੇ ਅਜਿਹੇ ਗੈਰ ਕਾਨੂੰਨੀ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਸਨ ਅਗਲੀ ਵੱਡੀ ਖਬਰ ਆਰਬੀਆਈ ਰੈਪੋਰੇਟਾ ਝਟਕਾ ਇੱਕ ਵਾਰ ਫਿਰ ਆਰਬੀ ਵਧਾ ਸਕਦਾ ਹੈ ਰੈਪੋਰੇਟਾ ਜਿਵੇਂ ਦੋਸਤੋ ਅਪਰਚੂਨਮ ਗਈ 6% ਦੇ ਆਮਦਾਇਕ ਪਦਰਤ ਉੱਪਰ ਰਵੇਗੇ ਤੇ ਯੂਐਸ ਫੈਡਰਲ ਰਿਜ਼ਰਵ ਸਮੇਤ ਕਈ ਕੇਂਦਰੀ ਬੈਂਕਾਂ ਦੇ ਹਮਲਾਵਰ ਰੋਕਾ ਦੇ ਵਿਚਕਾਰ ਭਾਰਤੀ ਰਿਜ਼ਰਵ ਬੈਂਕ ਅਗਲੇ ਹਫਤੇ ਪੇਸ਼ ਹੋਣ ਵਾਲੀ ਮੁਦਰਾ ਸਮਿਖਿਆ ਦੇ ਵਿੱਚ ਰੈਪੋ ਦਰ ਵਿੱਚ 0.25% ਦਾ ਹੋਰ ਵਾਧਾ ਕਰਨ ਦਾ ਫੈਸਲਾ ਕਰ ਸਕਦਾ ਹੈ ਤੇ ਮਈ 2022 ਦੇ ਵਿੱਚ ਸ਼ੁਰੂ ਹੋਏ ਵਿਆਜ ਦਰਾਂ ਵਿੱਚ ਵਾਧੇ ਦੇ ਚੱਕਰ ਦੇ ਵਿੱਚ ਇਹ ਸ਼ਾਇਦ ਆਖਰੀ ਵਾਧਾ ਹੋਵੇਗਾ ਤੇ ਰਿਜ਼ਰਵ ਬੈਂਕ ਦੇ ਮੁਦਰਾ ਨੀਤੀ ਕਮੇਟੀ ਦੀ ਦੋ ਮਾਸਿਕ ਸਮਿਖਿਆ ਮੀਟਿੰਗ 3 April ਨੂੰ ਸ਼ੁਰੂ ਹੋਣ ਵਾਲੀ ਹੈ ਤੇ ਇਹ 3 ਦਿਨਾਂ ਬੈਠਕਾ 6 April ਨੂੰ ਨੀਤੀਗਤ ਦਰਦੇ ਫੈਸਲੇ ਦੇ ਨਾਲ ਖਤਮ ਹੋਵੇਗੀ। ਹੁਣ ਨਜਾਇਜ਼ ਪਾਰਕਿੰਗ ਦੀ ਸੂਚਨਾ ਦੇਣ ਤੇ ਮਿਲੇਗਾ ਇਨਾਮ ਕੇਂਦਰ ਸਰਕਾਰ ਬਣਾਉਣ ਜਾ ਰਹੀ ਹੈ ਕਾਨੂੰਨ ਹੈ ਜਿहां ਦੋਸਤੋ ਸੜਕਾਂ ਤੇ ਨਜਾਇਜ਼ ਟੰਗ ਦੇ ਨਾਲ ਪਾਰਕਿੰਗ ਕਾਰਨ ਨਾ ਸਿਰਫ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤੇ ਸਗੋਂ ਬਹੁਤ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਤੇ ਇਸ ਦੇ ਲਈ ਕੇਂਦਰ ਸਰਕਾਰ ਇਸ ਨੂੰ ਠੱਲ ਪਾਉਣ ਦੇ ਲਈ ਇਹ ਕਾਨੂੰਨ ਬਣਾਉਣ ਜਾ ਰਹੀ ਹੈ ਕੇਂਦਰ ਸਰਕਾਰ ਸੜਕਾਂ ਤੇ ਨਜਾਇਜ਼ ਪਾਰਕਿੰਗ ਨੂੰ ਰੋਕਣ ਦੇ ਲਈ ਜਲਦ ਇੱਕ ਨਵਾਂ ਕਾਨੂੰਨਾ ਬਣਾਉਣ ਜਾ ਰਹੀ ਹੈ ਤੇ ਜਿਹਦੇ ਤਹਿਤ ਸੜਕਾਂ ਤੇ ਹੋਈ ਪਾਰਕਿੰਗ ਬਾਰੇ ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ਤੇ ਕੇਂਦਰੀ ਮੰਤਰੀ ਨਿਤਨ ਗਟਕਰੀ ਨੇ ਇਹਦੇ ਸੰਕੇਤ ਬਿੱ ਦਿੱਤੇ ਹਨ ਇੱਕ ਚੈਨਲ ਦੇ ਨਾਲ ਇੰਟਰਵਿਊ ਦੇ ਦੌਰਾਨ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗਟਕਰੀ ਨੇ ਕਿਹਾ ਹੈ ਕਿ ਲੋਕਾ ਵੱਡੇ-ਵੱਡੇ ਬੰਗਲੇ ਤਾਂ ਬਣਾ ਲੈਂਦੇ ਹਨ ਪਰ ਉਹਦੇ ਵਿੱਚ ਗੱਡੀਆਂ ਖੜੀਆਂ ਕਰਨ ਦੇ ਲਈ ਪਾਰਕਿੰਗਾਂ ਨਹੀਂ ਬਣਾਉਂਦੇ ਖਾਸ ਤੌਰ ਤੇ ਦਿੱਲੀ ਦੇ ਵਿੱਚ ਲੋਕ ਆਪਣੀਆਂ ਗੱਡੀਆਂ ਸੜਕਾਂ ਤੇ ਖੜੀਆਂ ਕਰ ਦਿੰਦੇ ਹਨ ਤੇ ਇਸ ਦਲੇਓ ਪਾਰਕਿੰਗ ਬਾਰੇ ਵੀ ਕੋਈ ਕਾਨੂੰਨ ਬਣਾਉਣ ਜਾ ਰਹੇ ਹਨ ਹਰਿਆਣਾ ਰੋਡਵੇਜ ਨੇ ਬਜ਼ੁਰਗਾਂ ਨੂੰ ਦਿੱਤੀ ਵੱਡੀ ਰਾਹਤ ਹੁਣ ਬਸਣ ਦੇ ਵਿੱਚ ਦੇਣਾ ਪਵੇਗਾ ਸਿਰਫ ਅੱਧਾ ਕਿਰਾਇਆ ਹਰਿਆਣਾ ਦੀਆਂ ਰੋਡਵੇਜਾਂ ਬਸਣ ਦੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 50% ਤੱਕ ਦੀ ਛੋਟ ਮਿਲੇਗੀ ਚਾਹੇ ਉਹ ਪ੍ਰਾਈਵੇਟ ਜਾਂ ਸਰਕਾਰੀ বাসੂਬੇ ਤੇ ਪਹਿਲਾਂ ਇਹ ਸਹੂਲਤ 65 ਸਾਲ ਦੇ ਬਜ਼ੁਰਗਾਂ ਨੂੰ ਮਿਲਦੀ ਸੀ ਹਾਲਾਂਕਿ ਬਜ਼ੁਰਗ ਔਰਤਾਂ ਦੇ ਲਈ ਇਹ ਸੀਮਾ ਸਿਰਫ 60 ਸਾਲ ਦੀ ਸੀ ਪਰ ਹੁਣ ਸਾਰੇ ਬਜ਼ੁਰਗਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੇ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ ਇਸ ਤੋਂ ਬਾਅਦ ਬਜ਼ੁਰਗ ਬਾਸ ਸਟੈਂਡ ਤੋਂ ਆਪਣਾ ਆਪਾਸ ਬਣਵਾ ਸਕਦੇ ਹਨ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਬਜਟ ਦਾ ਐਲਾਨ ਕੀਤਾ ਹੈ ਤੇ ਇਸ ਐਲਾਨ ਨੂੰ ਲਾਗੂ ਕਰਨ ਦੇ ਲਈ ਟਰਾਂਸਪੋਰਟ ਦੇ ਭਾਗ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਅਤੇ ਬਜਟਾ ਭਾਸ਼ਣ ਦੇ ਦੌਰਾਨ ਮੁੱਖ ਮੰਤਰੀ ਨੇ ਔਰਤਾਂ ਦੇ ਨਾਲ-ਨਾਲ ਮਰਦਾਂ ਦੀ ਉਮਰ ਹੱਦ ਵੀ ਘਟਾ ਕੇ 60 ਸਾਲ ਕਰ ਦਿੱਤੇ ਅਤੇ ਹਰਿਆਣਾ ਤੋਂ ਬਾਹਰ ਜਾਣ ਵਾਲੀਆਂ ਰੋੜਵੇਦੀਆਂ ਬੱਸਾਂ ਵਿੱਚ ਵੀ ਰਾਜ ਤੇ ਦਰਾਂ ਤੇ ਸਫ਼ਰ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਤੇ ਹਦ ਲਈ ਹਰਿਆਣਾ ਦਾ ਨਿਵਾਸ ਪ੍ਰਮਾਣ ਪੱਤਰ ਲਾਜ਼ਮੀ ਆ ਤੇ ਇਸ ਤੋਂ ਇਲਾਵਾ ਪਰਿਵਾਰ ਪਛਾਣ ਪੱਤਰ ਡਾਟਾਬੇਸ ਤੋਂ ਤਸਦੀਕ ਕਰਨ ਤੋਂ ਬਾਅਦ ਇਹ ਬਿਨੇ ਪੱਤਰ ਸਵੀਕਾਰ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਰੋਡਵੇ ਦੇ ਸਬੰਧਤ ਜਨਰਲ ਮੈਨੇਜਰ ਯੋਗ ਸੀਨੀਅਰ ਨਾਗਰਿਕਾਂ ਨੂੰ ਉਰੈਤੀ ਸੀਨੀਅਰ ਸਿਟੀਜ਼ਨਾਂ ਬਸ ਪਾਸ ਜਾਰੀ ਕਰਨਗੇ ਤੇ ਕਰਨਾਲ ਜ਼ਿਲ੍ਹੇ ਦੇ ਲਗਭਗ 1.5 ਲੱਖ ਬਜ਼ੁਰਗਾਂ ਨੂੰ ਇਸ ਦਾ ਲਾਭ ਮਿਲੇਗਾ ਪੰਜਾਬ ਵਿੱਚ ਅੱਜ ਫਿਰ ਅਧਿਆਪਕਾਂ ਦੇ ਨਾਲ ਭਰੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ ਤਾਂ ਦੋਸਤੋ ਤਰਨਤਾਰਨ ਦੇ ਪਿੰਡ ਬਲਟੂਹਾ ਤੋਂ ਜਲਾਲਾਬਾਦ ਤੋਂ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਇੱਕ ਗੱਡੀ ਹਾਰਸ ਦੇ ਹਾਦਸਾ ਹੋ ਗਏ ਹੈ ਤੇ ਇਸ ਹਾਦਸੇ ਦੇ ਵਿੱਚ ਤਿੰਨ ਅਧਿਆਪਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਮੌਸਮ ਖਰਾਬ ਹੋ ਜਾਣ ਦੇ ਕਾਰਨ ਕਾਰ ਤੇ ਦਰਖਤ ਡਿੱਗ ਪਿਆ ਤੇ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਦੱਸਦੇ ਕਿ ਕੁਝ ਦਿਨ ਪਹਿਲਾਂ ਫਰੋਹੀਪੁਰਾ ਫਾਜ਼ਿਲਕਾ ਰੋਡ ਤੇ ਪਿੰਡ ਖਾਈ ਫੇਮ ਦੇ ਵਿੱਚ ਅਧਿਆਪਕਾਂ ਦੇ ਨਾਲ ਭਾਰੀ ਤੂਫਾਨ ਦੇ ਕਾਰਨ ਕਾਰ ਦੀ ਇੱਕ ਟੈਂਪੋ ਟਰੈਵਲ ਦੇ ਨਾਲ ਜਬਰਦਸਤ ਟੱਕਰ ਹੋ ਗਈ ਤੇ ਐਸ ਹਰਸ਼ਰ ਦੇ ਵਿਚ ਤਿੰਨ ਅਧਿਆਪਕਾਂ ਸਮੇਤ ਇੱਕ ਡਰਾਈਵਰ ਦੀ ਮੌਤ ਹੋ ਗਈ। ਜਦਕਿ ਬਾਕੀ ਅਧਿਆਪਕਾ ਗੰਭੀਰ ਜ਼ਖਮੀ ਹੋ ਗਏ ਸਨ ਤੇ ਉਕਤ ਗੱਡੀ ਵੀ ਤਰਨ ਤਰਨ ਨਾਲ ਅਵਲ ਜਾ ਰਹੀ ਸੀ। ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਿਮਾਚਲ ਦੇ ਵਿਚ ਅੱਜ ਮੀਂਹ ਅਤੇ ਗੜੇ ਮਾਰੀ ਦਾ ਅਲਰਟ ਜਾਰੀ ਜੀਹਾਂ ਦੋਸਤੋ ਹਿਮਾਚਲ ਦੇ ਵਿਚ ਪਿਛਲੇ 48 ਘੰਟਿਆਂ ਤੋਂ ਉੱਚੀਆਂ ਚੋਟੀਆਂ ਤੇ ਬਰਬਰੀ ਅਤੇ ਹੂਰੇ ਖੇਤਰਾਂ ਦੇ ਵਿਚ ਭਾਰੀ ਮੀਂਹ ਨੇ ਠੰਡ ਨੂੰ ਵਧਾ ਦਿੱਤਾ ਹੈ। ਲਾਹੌਰ ਦੇ ਵਿੱਚ ਹਿਮਖਾਲਣ ਹੋਇਆ ਅਤੇ ਚੰਬਾ ਸਲੂਨੀ ਦੇ ਪਿੰਡ ਜਕਰਾਲ ਦੇ ਵਿੱਚ ਸ਼ਨੀਵਾਰ ਰਾਤ ਮਲਵੇ ਦੇ ਹੇਠਾਂ ਦਬਨ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸ਼ਿਮਲਾ ਜ਼ਿਲ੍ਹੇ ਦੇ ਤੇਆਂਗ ਦੇ ਨੰਗਲ ਦੇਵੀ ਦੇ ਵਿੱਚ ਹਾਈਵੇ 5 ਤੇ ਸ਼ਨੀਵਾਰ ਰਾਤ ਨੂੰ ਅਮਾਰਤਾ ਢਿੱਗਣ ਦੇ ਕਾਰਨ 6 ਦੁਕਾਨਾਂ ਢਹਿ ਢੇਰੀ ਹੋ ਗਈਆਂ ਤੇ ਮੌਸਮ ਵਿਭਾਗ ਨੇ ਅੱਜ ਵੀ ਮੀਂਹ ਅਤੇ ਬਰਬਰੀ ਦੇ ਲਈ ਜੈਲੋ ਅਲਰਟ ਜਾਰੀ ਕਰ ਦਿੱਤਾ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ 48 ਘੰਟਿਆਂ ਦੇ ਵਿੱਚ 11 ਮਿਲੀਮੀਟਰ ਮੀ ਪਿਆਤੇ ਐਤਵਾਰ ਨੂੰ ਵੀ ਵੱਧ ਤੋਂ ਵੱਧ ਤਾਪਮਾਨ ਵਿੱਚ 5 ਤੋਂ ਲੈ ਕੇ 4 ਡਿਗਰੀ ਦੇ ਘਰਾਬਟ ਦਰਜ ਕੀਤੇ ਗਿਆ ਤੇ ਮੌਸਮ ਵਿਭਾਗ ਦੇ ਮੁਤਾਬਕ ਅੱਜ 3 April ਨੂੰ ਪੰਜਾਬ ਦੇ ਵਿੱਚ ਫਿਰ ਧੋਗੜੇ ਮਾਰੇ ਤੇ ਜਬਾਹਮਾ ਦੇ ਨਾਲ ਭਾਰੀ ਮੀਂਹ ਦੇ ਸੰਭਾਵਨਾ ਹੈ ਟ੍ਰੇਨਾਂ ਚ ਬਜ਼ੁਰਗਾਂ ਦੇ ਮੁਫਤ ਸਫ਼ਰ ਦੇ ਲਈ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਦਲੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੇਲਾ ਯਾਤਰਾ ਦੇ ਵਿੱਚ ਬਜ਼ੁਰਗਾਂ ਨੂੰ ਦਿੱਤੀ ਗਈ ਛੂਟ ਨੂੰ ਖਤਮ ਕਰਨ ਦੇ ਮੁੱਦੇ ਤੇ ਪੀਐਮ ਮੋਦੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਦੇ ਵਿੱਚ ਸੀਐਮ ਕੇਜਰੀਵਾਲ ਨੇ ਕਿਹਾ ਹੈ ਕਿ 1600 ਕਰੋੜ ਰੁਪਏ ਦੇ ਬਜਟ ਲਈ ਬਜ਼ੁਰਗਾਂ ਦੀ ਛੂਟ ਨੂੰ ਖਤਮ ਕਰਨਾ ਸਹੀ ਨਹੀਂ ਹੈ। ਨਾਲ ਹੀ ਪ੍ਰਧਾਨ ਮੰਤਰੀ ਨੂੰ ਤੋਂ ਇਹ ਸਿਵਾ ਨੂੰ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ। ਕੇਜਰੀਵਾਲ ਨੇ ਆਪਣੇ ਪੱਤਰ ਵਿੱਚ ਲਿਖਿਆ ਕਈ ਵਾਰ ਅਸੀਂ ਇਸ ਗੱਲ ਤੇ ਮਾਨ ਕਰਦੇ ਹਾਂ ਕਿ ਸਾਨੂੰ ਜੋ ਕੁਝ ਵੀ ਮਿਲਿਆ ਤੇ ਉਹ ਸਾਡੀ ਮਿਹਨਤ ਦਾ ਨਤੀਜਾ ਤੇ ਅਜਿਹਾ ਨਹੀਂ ਹੈ ਸਾਡੇ ਤਰੱਕੀ ਦੇ ਵਿੱਚ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਤੇ ਕੋਈ ਵੀ ਵਿਅਕਤੀ ਕੋਈ ਵੀ ਸਮਾਜ ਜਾਂ ਕੋਈ ਵੀ ਦੇਸ਼ ਉਸ ਦੇ ਆਸ਼ੀਰਵਾਦ ਤੋਂ ਬਿਨਾ ਤਰੱਕੀ ਨਹੀਂ ਕਰ ਸਕਦਾ ਤੇ ਉਹਨਾਂ ਨੇ ਅੱਗੇ ਲਿਖਿਆ ਉਦਾਹਰਨ ਦੇ ਵਜੋਂ ਦੇਲੇ ਵਿੱਚ ਅਸੀਂ ਬਜ਼ੁਰਗਾਂ ਨੂੰ ਉਹਨਾਂ ਦੀ ਪਸੰਦ ਦੇ ਤੀਰਥ ਸਥਾਨਾਂ ਦੇ ਮੁਫਤਾਂ ਯਾਤਰਾ ਲਈ ਜਾਂਦੇ ਹਾਂ ਤੇ ਸਰਕਾਰ ਉਹਨਾਂ ਦੇ ਆਉਣ ਜਾਣ ਰਹਿਣ ਸੈਨਾ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਕਰਦੀ ਹੈ ਤੇ ਇਸ ਦੇ ਨਾਲ ਬੁਜਾਰਗਾਂ ਨੂੰ ਬੇਅੰਤ ਖੁਸ਼ੀ ਮਿਲਦੀ ਹੈ। ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ 31 ਮਈ ਤੱਕ ਰਹੀਗੀ ਜਾਰੀ। ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਿਆ ਤੇ ਇਸ ਸੰਬੰਧੇ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ ਤੇ ਪਰ ਇਸ ਵਾਰ ਮੰਡੀ ਵਿੱਚ ਕਣਕ 10 ਤੋਂ ਲੈ ਕੇ 13 April ਦੇ ਕਰੀਬ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਕਣਕ ਦਾ ਮੁੱਲ 2125 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਅਤੇ ਕਣਕ ਦੀ ਸਰਕਾਰੀ ਖਰੀਦ 31 May 2023 ਤੱਕ ਜਾਰੀ ਰਹੇਗੀ ਬਲਵੀਰ ਰਾਜੇਵਾਲ ਦਾ ਦਾਅਵਾ ਮੈਨੂੰ ਧੱਕੇ ਦੇ ਨਾਲ ਲੜਵਾਈ ਗਈ ਵਿਧਾਨ ਸਭਾ ਦੀ ਚੋਣਾਂ ਦਾ ਦੋਸਤੋ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ 1 ਸਾਲ ਬਾਅਦ ਦਾਵਾ ਕੀਤਾ ਹੈ ਕਿ ਉਹਨਾਂ ਨੂੰ 2022 ਵਿਧਾਨ ਸਭਾ ਦੀਆਂ ਚੋਣਾਂ ਜ਼ਬਰਦਸਤੇ ਲੜਵਾਈ ਗਈ ਸੀ ਚੋਣਾਂ ਲੜਵਾਉਣ ਵਾਲੇ ਖੁਦ ਪੈਰ ਪਿੱਛੇ ਖਿੱਚ ਗਏ ਸਨ ਤੇ ਹੋਰ ਕਿਸਾਨ ਜੱਥੇਬੰਦੀਆਂ ਦੇ ਨਾਲ ਮੇਲ-ਮਲਾਪ ਸਬੰਧੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਬਲਵੀਰ ਰਾਜੇਵਾਲ ਨੇ ਕਿਹਾ ਹੈ ਕਿ ਮਤਭੇਦ ਦਾ ਕਾਰਨ ਉਹਨਾਂ ਦਾ ਚੋਣਾਂ ਲੜਨਾ ਹੈ ਜਦੋਂ ਕਿ 2022 ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਜ਼ਬਰਦਸਤੇ ਲੜਵਾਇਆ ਗਿਆ ਤੇ ਲੜਵਾਉਣ ਬਾਲੇ ਖੁਦ ਦਾ ਪੈਰ ਪਿੱਛੇ ਖਿੱਚ ਗਏ ਸਨ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਚੂਣਾ ਲੜਨ ਦੇ ਸਵਾਲ ਚੁੱਕਣ ਵਾਲੇ ਖੁਦ ਵੀ ਤਾਂ ਕਿਸੇ ਨਾ ਕਿਸੇ ਰਾਜਨੀਤਿਕ પાર્ટી ਦੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ ਤੇ ਇਸ ਦੇ ਲਈ ਉਹ ਸਿਰਫ ਆ ਕਿਸਾਨੇ ਮੁੱਦਿਆਂ ਨੂੰ ਲੈ ਕੇ ਹਰ ਮਾਮਲੇ ਦੇ ਵਿੱਚ ਇਕੱਠੇ ਓਕੇ ਚੱਲਣਗੇ ਬਾਕੀ ਹਜੇ ਚਰਚਾ ਚੱਲ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੇ ਨਾਲ ਕੀਤੇ ਫੋਨ ਤੇ ਗੱਲਬਾਤ हां दोस्तों नवजोत संगत सिद्धू ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ راہਲ ਗਾਂਧੀ ਨੇ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਜਿਸ ਦੇ ਵਿੱਚ راہਲ ਨੇ ਸਿੱਧੂ ਦਾ ਹਾਲਚਲ ਪੁੱਛਿਆ ਤੇ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲਦੀਆਂ ਚਰਚਾਵਾਂ ਨੇ ਕਾਂਗਰਸੀਆਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਜਿਕਰਯੋਗ ਹੈ ਕਿ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਦੇ ਸਮੇਂ ਪੰਜਾਬ ਕਾਂਗਰਸ ਦਾ ਕੋਈ ਵੀ ਵੱਡਾ ਆਗੂ ਉਹਨਾਂ ਨੂੰ ਮਿਲਣ ਨਹੀਂ ਆਇਆ ਨਵਜੋਤ ਸਿੰਘਾ ਸਿੱਧੂ ਅੱਜ ਪੰਡ ਮੂਸਾ ਵਿਖੇ ਮੂਸੇਵਾਲਾ ਦੇ ਹਵੇਲੀ ਦੇ ਵਿੱਚ ਜਾ ਕੇ ਅਫਸੂਸ ਪ੍ਰਗਟ ਕਰਨਗੇ ਤੇ ਜਿਲ੍ਹਤ ਤੋਂ ਬਾਹਰ ਆਉਂਦੇ ਹੀ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਤੇ ਸਿੱਧੂ ਨੇ ਕਿਹਾ ਸੀ ਕਿ ਉਹ ਮੂਸਾ ਪਿੰਡ ਦੇ ਵਿੱਚ ਦੌਰਾ ਕਰਨ ਤੋਂ ਬਾਅਦ ਪੰਜਾਬ ਦੇ ਕਾਨੂੰਨਾਂ ਬਵਸਥਾ ਬਾਰੇ ਗੱਲਬਾਤ ਕਰਨਗੇ ਕਿਸਾਨਾਂ ਨੂੰ ਵਿਸਾਖੀ ਤੋਂ ਪਹਿਲਾਂ ਮਿਲੇਗਾ ਮੁਆਵਜ਼ਾ ਮੁੱਖ ਮੰਤਰੀ ਜੀ ਹਾਂ ਦੋਸਤੋ ਵਿਸਾਖੀ ਦੇ ਇਤਿਹਾਰ ਤੋਂ ਪਹਿਲਾਂ ਕਿਸਾਨਾਂ ਦੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਯਕੀਨੀ ਬਣਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਿਧਾਇਕਾਂ ਤੇ ਅਧਿਕਾਰੀਆਂ ਨੂੰ ਗਰਦਾਬਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਵੇਂ ਦੇ ਲਈ ਫੀਲਡ ਦੇ ਦੌਰੇ ਬਦੌਣ ਦੇ ਲਈ ਕਿਹਾ ਗਿਆ ਹੈ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਸਾਨਾਂ ਨੂੰ ਮਿਲ ਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ ਇਸੇ ਤਰ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਸ਼ੇਸ਼ ਗਰਦਾਬਰੀ ਜਲਦ ਮੁਕੰਮਲ ਕੀਤੀ ਜਾਵੇ ਤਾਂ ਜੋ ਅਸੀਂ ਵਿਸਾਖੀ ਤੋਂ ਪਹਿਲਾਂ ਮੁਆਵਜ਼ੇ ਦੀ ਅਦਾਇਗੀ ਕਰ ਸਕੀਏ